ਚਲੋ ਭਾਈ, ਜਿਹੜਾ ਕਾਰਜ ਹੋਣਾ ਸੀ ਹੋ ਗਿਆ। ਹੋ ਹੁਣ ਦੋਹਾਂ ਭੈਣਾਂ ਨੇ ਰਲ ਕੇ ਰਹਿਣਾ ਤੇ ਰਲ ਮਿਲ ਕੇ ਪੁੱਤ ਕੰਮ ਕਰਨਾ। ਕਿਉਂ ਮਨੀ ਪੁੱਤ? ਕੋਈ ਨੀ ਮਾਸੀ, ਹੁਣ ਰਲ ਮਿਲ ਕੇ ਰਹਿਣਗੇ ਤਾਂ ਵਧੀਆ। ਲੋ ਮੰਮੀ ਜੀ, ਅਸੀਂ ਤਾਂ ਕਦੇ ਆਪਸ ਚ ਫਰਕ ਸਮਝਿਆ ਹੀ ਨਹੀਂਗਾ। ਪਹਿਲਾਂ ਵੀ ਭੈਣਾਂ ਵਾਂਗੂ ਰਹਿੰਦੀਆਂ ਸੀ ਤੇ ਹੁਣ ਵੀ। ਇਹ ਤਾਂ ਗੱਲ ਪੁੱਤ ਤੇਰੀ ਸਹੀ ਹੈ। ਨਿੰਮੋ ਤਾਂ ਹਮੇਸ਼ਾ ਹੀ ਤੇਰੇ ਨਾਲ ਵੱਡੀਆਂ ਭੈਣਾਂ ਵਾਂਗੂ ਤੇ ਛੋਟੀਆਂ ਭੈਣਾਂ ਵਾਂਗੂ ਰਹਿੰਦੀ ਹੈ। ਬਸ ਮਨੀ ਪੁੱਤ, ਤੂੰ ਹੁਣ ਨਿੰਮੋ ਨੂੰ ਖੁਸ਼ ਰੱਖਣਾ। ਜਿਹੜੀ ਇਹਦੀ ਜ਼ਿੰਦਗੀ ਵਿੱਚ ਦੁੱਖ ਸੀ ਨਾ, ਸਾਰੇ ਕੱਟੇ ਗਏ। ਪਰ ਇੱਕ ਗੱਲ, ਮੈਨੂੰ ਤੇਰੀ ਮਾਂ ਤੇ ਬਹੁਤ ਗੁੱਸਾ ਹੈ। ਮਾਂ ਤੇ ਗੁੱਸਾ? ਦੇਖ ਲੈ, ਇੱਕ ਮਿੰਟ ਨਹੀਂ ਖੜੀ। ਸ਼ਗਨ ਦੇ ਕੇ ਬਹੂ ਨੂੰ ਉਹਦੀ ਹੋ ਗਈ, ਉਹਨੇ ਘਰ ਕੀ ਕਰਨਾ ਸੀ? ਪਤਾ ਤਾਂ ਹੈ ਪੁੱਤ, ਪਰ ਫੇਰ ਵੀ ਦੋ ਘੜੀ ਘੰਟਾ ਰਹਿ ਜਾਂਦੀ ਤਾਂ ਕੀ ਉਹਦਾ ਘਸਣ ਲੱਗਾ ਸੀ? ਉਹੀ ਕਮਲ ਮਾਰ ਜਾਂਦੀ ਆ। ਚਲੋ ਕੋਈ ਨੀ ਮੰਮੀ ਜੀ, ਤੁਸੀਂ ਇੰਨਾ ਹੀ ਦੇਖੋ ਕਿ ਸਾਰਾ ਕਾਜ ਵਧੀਆ ਹੋ ਗਿਆ। ਇਹ ਤਾਂ ਹੈ, ਪਰ ਇੱਕ ਗਲਤੀ ਮੇਰੇ ਤੋਂ ਹੋ ਗਈ। ਕਿਹੜੀ? ਨਿੰਮੋ ਦੇ ਪਿਓ ਨੂੰ ਨਹੀਂ ਬੁਲਾਇਆ ਗਿਆ। ਸਲਾਹ ਤਾਂ ਵੈਸੇ ਮੈਂ ਕਰ ਲਈ ਸੀ ਉਹਦੇ ਨਾਲ, ਪਰ ਪਤਾ ਨਹੀਂ ਉਹਦੇ ਮਨ 'ਚ ਕੀ ਹੈ ਕੀ ਨਹੀਂ। ਊ ਤਾਂ ਖੁਸ਼ ਸੀ, ਮੇਰੇ ਤੋਂ ਵੀ ਨਹੀਂ ਕਿਹਾ ਗਿਆ ਵੀ ਤੂੰ ਆ ਜਾਈ, ਤੇ ਉਹਨੇ ਵੀ ਨਹੀਂ ਕਿਹਾ ਵੀ ਮੈਂ ਆਊਂਗਾ। ਪਰ ਮਨੀ ਪੁੱਤ, ਇੱਕ ਗੱਲ ਕਹਾਂ, ਭਾਵੇਂ ਦਰਸ਼ਨ ਨੂੰ ਤੇ ਇਹਨੂੰ ਵੀ ਨਾਲ ਲੈ ਜਾਈ, ਤੁਸੀਂ ਇਹਦੇ ਪਿਓ ਨੂੰ ਮਿਲ ਕੇ ਆਇਓ, ਨਾਲੇ ਛੋਟੀਆਂ ਭੈਣਾਂ ਨੂੰ ਮਿਲ ਆਇਓ ਪੁੱਤ। ਉਹਦਾ ਵੀ ਦਿਲ ਠੰਡਾ ਹੋਊਗਾ ਕਿ ਮੇਰੀ ਧੀ ਹੁਣ ਸੌਖੀ ਵੱਸਦੀ ਆ। ਕੋਈ ਨੀ ਮਾਸੀ, ਦੋ ਕੁ ਦਿਨਾਂ ਤੱਕ ਹੀ ਮਿਲਿਆ ਮੰਮੀ ਜਾ ਕੇ। ਹਾਂ ਪੁੱਤ, ਕੋਈ ਗੱਲ ਨੀ, ਤੁਸੀਂ ਜ਼ਰੂਰ ਇਹ ਕੰਮ ਮੇਰਾ ਕਰਨਾ ਆ ਵੀ ਉਹਨੂੰ ਮਿਲ ਕੇ ਆਉਣਾ। ਕੋਈ ਨੀ ਮਾਸੀ, ਉਹ ਤਾਂ ਸਭ ਠੀਕ ਆ, ਪਰ ਜਦੋਂ ਨਿੰਮੋ ਦੇ ਡੈਡੀ ਨੂੰ ਪਤਾ ਲੱਗਿਆ ਇਸ ਚੀਜ਼ ਬਾਰੇ, ਫਿਰ ਉਹਨਾਂ ਦੇ ਦਿਲ ਤੇ ਕੀ ਬੀਤੂਗੀ? ਕੁਛ ਨੀ ਪੁੱਤ, ਉਹ ਤਾਂ ਨਿੰਮੋ ਨੂੰ ਖੁਸ਼ ਦੇਖ ਕੇ ਰਾਜ਼ੀ ਹੈ। ਉਧਰ ਵੀ ਤਾਂ ਕਰਨਾ ਹੀ ਸੀ ਨਿੰਮੋ ਦਾ, ਉਹਨੇ ਅਸੀਂ ਸੁਲਾ ਸਫਾਈ ਨਾਲ ਮਨੀ ਨਾਲ ਕਰਤਾ, ਨਾਲੇ ਮਨੀ ਦਾ ਤਾਂ ਤੈਨੂੰ ਹੁਣ ਪਤਾ ਹੀ ਹੈ ਵੀ ਮਨੀ ਵਿੱਚ ਕਿੰਨਾ ਬਦਲਾਅ ਆਇਆ। ਕਿਉਂ ਪੁੱਤ? ਬਸ ਇਸ ਘਰ ਦੀਆਂ ਖੁਸ਼ੀਆਂ ਨਾ ਮਨੀ ਤੇਰੇ ਹੱਥ 'ਚ ਆ ਪੁੱਤ, ਇਹ ਘਰ ਦੀਆਂ ਖੁਸ਼ੀਆਂ ਨੂੰ ਇਸ ਘਰ ਤੋਂ ਹੁਣ ਦੂਰ ਨਾ ਕਰੀ। ਕੋਈ ਨੀ ਮਾਸੀ, ਤੁਸੀਂ ਫਿਕਰ ਨਾ ਕਰੋ, ਮੈਂ ਕਿਸੇ ਵੀ ਗੱਲ ਦੀ ਤਕਲੀਫ ਨਹੀਂ ਆਉਣ ਦਿੰਦਾ ਨਿੰਮੋ ਨੂੰ। ਸਹੀ ਕਿਹਾ ਮੰਮੀ ਜੀ ਤੁਸੀਂ। ਮਨੀ, ਤੂੰ ਵੀ ਨਾ ਹੁਣ ਖਿਆਲ ਰੱਖੀ, ਤੇ ਨਿੰਮੋ ਦੀ ਜ਼ਿੰਮੇਵਾਰੀ ਸਾਰੀ ਹੁਣ ਤੈਂ ਸੰਭਾਲਣੀ ਆ। ਜਿਹੜੀਆਂ ਪਹਿਲਾਂ ਗਲਤੀਆਂ ਹੋ ਗਈਆਂ ਹੋ ਗਈਆਂ, ਹੁਣ ਉਹ ਦੁਬਾਰਾ ਨਾ ਕਰੀ ਜਾਈ। ਨਾ ਐ ਕਿਤੇ ਮੇਰਾ ਭਾਣਜਾ ਕਮਲਾ ਆ, ਬੜਾ ਸੋਹਣਾ ਹੈਗਾ। ਹੁਣ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ, ਸਾਰਾ ਘਰ ਦਾ ਕੰਮ ਕਾਰ ਸੰਭਾਲ ਰੱਖਿਆ, ਸੁੱਖ ਨਾ ਦਰਸ਼ਨ ਨਾ ਖੇਤ ਜਾ ਕੇ ਇੰਨਾ ਕੰਮ 'ਚ ਹੱਥ ਵਟਾਉਂਦਾ, ਹੁਣ ਨਹੀਂ ਪੁੱਠੀਆਂ ਆਦਤਾਂ ਪਈਆਂ ਆ। ਹੁਣ ਤਾਂ ਸੁੱਖ ਨਾ ਸਾਰੇ ਘਰ ਦੀ ਜ਼ਿੰਮੇਵਾਰੀ ਚੱਕ ਰੱਖੀ ਆ ਮੇਰੇ ਪੁੱਤ ਨੇ। ਨਹੀਂ ਨਹੀਂ ਮੰਮੀ ਜੀ, ਮੈਂ ਤਾਂ ਬਸ ਵੈਸੇ ਹੀ ਕਹਿੰਦੀ ਸੀ। ਉਹ ਕੋਈ ਨਹੀਂ ਭਾਬੀ, ਤੁਸੀਂ ਹੁਣ ਫਿਕਰ ਨਾ ਕਰੋ, ਆਪਸ 'ਚ ਨਜ਼ਰੀ ਜਾਓ, ਕੋਈ ਤਕਲੀਫ ਨਹੀਂ ਆਉਣ ਦਿੰਦਾ ਮੈਨੂੰ। ਠੀਕ ਹੈ ਪੁੱਤ, ਮੈਨੂੰ ਤੇਰੇ 'ਤੇ ਮਾਣ ਹੈ ਅਤੇ ਤੇਰੇ ਨਾਲੋਂ ਵੱਧ ਨਿੰਮੋ 'ਤੇ ਮਾਣ ਹੈ। ਨਾਲੇ ਮੇਰੀ ਗੱਲ ਸੁਣ ਲਈ, ਆਹ ਛੋਟੀ ਹੋ ਕੇ ਸਿਰ 'ਤੇ ਚੁੰਨੀ ਲੈ ਕੇ ਬੈਠੀ ਆ, ਤੈਨੂੰ ਸਿਰ 'ਤੇ ਚੁੰਨੀ ਲੈਣ ਦਾ ਨਹੀਂ ਪਤਾ? ਨਹੀਂ ਮੰਮੀ ਜੀ, ਇੰਨਾ ਚੁੰਨੀ ਤਿਲਕ ਨਹੀਂ ਆ, ਪਤਾ ਹੀ ਨਹੀਂ ਲੱਗਿਆ ਕਦੋਂ ਸਿਰ 'ਤੇ ਲੈ ਗਈ। ਅੱਛਾ ਚੱਲ ਠੀਕ ਹੈ, ਹੁਣ ਇਹ ਜਵਾਕਾਂ ਨੂੰ ਆਰਾਮ ਕਰਨ ਦੇ, ਚੱਲ ਆਪਾਂ ਚੱਲੀਏ ਉੱਠ ਕੇ। ਠੀਕ ਹੈ, ਚੱਲ ਚੰਗਾ ਨਿੰਮੋ। ਭਾਬੀ, ਤੁਸੀਂ ਖੁਸ਼ ਤਾਂ ਹੋ ਇਸ ਰਿਸ਼ਤੇ ਤੋਂ? ਮਨੀ, ਹੁਣ ਮੈਨੂੰ ਭਾਬੀ ਨਹੀਂ, ਮੇਰਾ ਨਾਮ ਲਿਆ ਕਰ, ਨਿੰਮੋ ਕਹਿ ਕੇ ਬੁਲਾ ਲਿਆ ਕਰ। ਚਲੋ, ਜਿਹੜਾ ਰਿਸ਼ਤਾ ਆਪਣਾ ਪਹਿਲਾਂ ਸੀ ਨਾ, ਹੁਣ ਉਹ ਰਿਸ਼ਤਾ ਨਹੀਂ ਰਿਹਾ। ਹਾਲਾਤਾਂ ਨਾਲ ਸਮਝੌਤਾ ਕਰਕੇ ਆਪਾਂ ਆਪਣਾ ਰਿਸ਼ਤਾ ਬਦਲ ਲਿਆ। ਚਲੋ ਨਹੀਂ ਕਹਿੰਦੇ ਜੀ, ਅਤੇ ਨਿੰਮੋ ਤੁਸੀਂ ਇਸ ਰਿਸ਼ਤੇ ਤੋਂ ਖੁਸ਼ ਤਾਂ ਹੋਣ? ਜਿਹੜੀ ਗੱਲ ਨਾਲ ਆਪਣੇ ਘਰ ਦੇ ਖੁਸ਼ ਹੋ ਤਾਂ ਉਹ ਗੱਲ ਨਾਲ
ਮੈਂ ਉਹਦੇ ਬਾਹਰ ਤੇ ਜਾ ਕੇ ਬੈਠ ਵੀ ਜਾਂਦੀ ਤਾਂ ਵੀ ਉਹਨੇ ਕਿਤੇ ਨਾ ਕਿਤੇ ਤਾਂ ਮੇਰਾ ਕਰਨਾ ਹੀ ਸੀ ਤਾਂ ਵਧੀਆ ਜਿਹੜਾ ਮੈਂ ਇੱਥੇ ਕਰਾ ਲਈ। ਚਲੋ ਕੋਈ ਨਹੀਂ ਨਿੰਮੋ, ਤੁਸੀਂ ਬਾਹਲਾ ਨਾ ਸੋਚੋ, ਜਿਹੜਾ ਪਰਮਾਤਮਾ ਨੂੰ ਮਨਜ਼ੂਰ ਸੀਗਾ ਉਹ ਤਾਂ ਹੋਣਾ ਹੀ ਸੀਗਾ। ਹਾਂ ਉਹਦੀਆਂ ਲਿਖੀਆਂ ਅੱਗੇ ਸੀਗਾ ਜੋ ਚੱਲ ਰਿਹਾ, ਜਿਹੜਾ ਕੁਛ ਉਹਨੇ ਕਰਨਾ ਤਾਂ ਕਰਕੇ ਰੱਖਣਾ। ਬਾਕੀ ਮੈਂ ਤੈਨੂੰ ਕੁਛ ਸਮਝਾਵਾਂ, ਇਹੀ ਤਾਂ ਮੈਂ ਹੋਈ ਕਿਉਂਕਿ ਤੂੰ ਆਪ ਹੀ ਖੁਦ ਬਹੁਤ ਸਿਆਣਾ ਅਤੇ ਮੰਮੀ ਮੈਨੂੰ ਪਹਿਲੇ ਦਿਨ ਸਾਰਾ ਕੁਛ ਕਹਿ ਗਿਆ, ਮੈਨੂੰ ਕਹਿਣ ਨੂੰ ਕੁਛ ਬਚੇ ਹੀ ਨਹੀਂ, ਪਰ ਫਿਰ ਵੀ ਬਸ ਮੈਂ ਤੈਨੂੰ ਇੱਕੀ ਗੱਲ ਕਹੂੰਗੀ, ਮੈਂ ਪਹਿਲਾਂ ਹੀ ਆਪਦੀ ਦੁੱਖਾਂ ਦੀ ਜ਼ਿੰਦਗੀ 'ਚੋਂ ਮਸਾਂ ਬਾਹਰ ਨਿਕਲ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਆ। ਬਸ ਮੈਨੂੰ ਮੇਰੀ ਆਪ ਨਵੀਂ ਜ਼ਿੰਦਗੀ 'ਚ ਕੋਈ ਦੁੱਖ ਨਾ ਦੇ। ਕੋਈ ਨਹੀਂ ਨਿੰਮੋ, ਤੁਸੀਂ ਫਿਕਰ ਨਾ ਕਰੋ, ਹੁਣ ਤੁਹਾਡੇ ਉੱਤੇ ਕਦੇ ਵੀ ਕੋਈ ਦੁੱਖ ਨਹੀਂ ਆਊਗਾ। ਬਾਕੀ ਜੇ ਕਦੇ ਵੀ ਤੁਹਾਨੂੰ ਕੋਈ ਤਕਲੀਫ ਹੈ ਤਾਂ ਮੈਨੂੰ ਜ਼ਰੂਰ ਦੱਸਿਓ, ਮੈਂ ਤੁਹਾਡੇ ਨਾਲ ਖੜੂੰਗਾ, ਤੁਹਾਡਾ ਸਹਾਰਾ ਬਣੂੰਗਾ ਹਰ ਇੱਕ ਦੁੱਖ ਦੇ ਵਿੱਚ। ਤੁਸੀਂ ਫਿਕਰ ਨਾ ਕਰੋ ਨਿੰਮੋ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਐਵੇਂ ਦਾ ਕਦੇ ਮੌਕਾ ਨਹੀਂ ਆਊਗਾ ਅਤੇ ਮੇਰੇ ਵੱਲੋਂ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ। ਚੱਲ ਕਮਲੀਏ, ਹੁਣ ਤੂੰ ਬਾਹਲੀਆਂ ਗੱਲਾਂ ਨਾ ਮਾਰ, ਇੱਕ ਵਾਰੀ ਮੈਨੂੰ ਉਹਨੂੰ ਹੱਸ ਕੇ ਦਿਖਾ। ਬਸ ਮੈਨੂੰ ਤੇਰੀਆਂ ਇਹ ਗੱਲਾਂ ਵਧੀਆ ਲੱਗਦੀਆਂ ਨੇ, ਮੈਨੂੰ ਤਾਂ ਇਹ ਲੱਗਦਾ ਸੀ ਕਿ ਮੈਂ ਕਦੇ ਤੂੰ ਹੱਸਣਾ ਹੀ, ਪਰ ਤੇਰੇ ਵਾਸਤੇ ਤੂੰ ਤਾਂ ਮੈਂ ਹਮੇਸ਼ਾ ਹੱਸਦੀ ਰਹੂੰ। ਵਾਹਿਗੁਰੂ, ਤੇਰਾ ਲੱਖ ਲੱਖ ਸ਼ੁਕਰ ਹੈ, ਤੂੰ ਮੇਰੀ ਬਹੁਤ ਨੇੜੇ ਹੋ ਕੇ ਸੁਣੀ ਹੈ। ਬਸ ਕਹਿੰਦੇ ਨਹੀਂ ਹੁੰਦੇ ਵੀ ਖੁਆਇਸ਼ਾਂ ਤਾਂ ਬੰਦੇ ਦੀਆਂ ਕਦੀ ਮੁੱਕਦੀਆਂ ਹੀ ਨਹੀਂ, ਬਸ ਮੇਰੀ ਇੱਕੋ ਇੱਕ ਹੋਰ ਖੁਆਇਸ਼ ਪੂਰੀ ਕਰ ਦੇ ਵੀ ਮੈਨੂੰ ਬਸ ਪੋਤੇ ਪੋਤੀਆਂ ਦਾ ਮੂੰਹ ਦਿਖਾ ਦੇ, ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਬਸ ਵਾਹਿਗੁਰੂ ਇਹੀ ਮੇਰੀ ਆਸ ਪੂਰੀ ਕਰ ਦੇ। ਬੜੀ ਖੁਸ਼ ਹੈਗੀ? ਖੁਸ਼ ਤਾਂ ਪੁੱਤ ਹੋਣਾ ਹੀ ਆ, ਮੇਰੀਆਂ ਆਸਾਂ ਮੁਰਾਦਾਂ ਪੂਰੀਆਂ ਹੋ ਰਹੀਆਂ ਤੇ ਮੈਂ ਖੁਸ਼ ਨਹੀਂ ਹੋਣਾ ਤੇ ਹੋਰ ਕੀ ਹੋਣਾ। ਹਾਂ ਇਹ ਤਾਂ ਹੈਗਾ ਬੇਬੇ, ਮੇਰੇ ਤਾਂ ਆਪਦੇ ਦਿਮਾਗ ਤੋਂ ਆ ਬਹੁਤ ਵੱਡਾ ਬੋਝ ਉਤਰ ਗਿਆ। ਪੁੱਤ ਨਿੰਮੋ ਤੇ ਮਨੀ ਨੂੰ ਖੁਸ਼ ਦੇਖ ਕੇ ਨਾ ਬਸ ਮੈਂ ਤਾਂ ਧੰਨ ਧੰਨ ਹੋਈ ਪਈ ਹਾਂ। ਤੂੰ ਵਾਹਿਗੁਰੂ ਨੇ ਮੁੜ ਕੇ ਮੈਨੂੰ ਇਸ ਘਰ ਵਿੱਚ ਖੁਸ਼ੀਆਂ ਦੇ ਦਿੱਤੀਆਂ, ਮੰਗੇ ਜਾਣ ਤੋਂ ਬਾਅਦ ਤਾਂ ਦਿਲ ਹੀ ਨਹੀਂ ਸੀ ਕਰਦਾ ਕਿਸੇ ਨਾਲ ਹੱਸਣ ਖੇਡਣ ਨੂੰ, ਪਰ ਮਨੀ ਨੇ ਤਾਂ ਨਿੰਮੋ ਨੇ ਆ ਕੇ ਨਾ ਦੁਬਾਰਾ ਇਸ ਘਰ ਦੀਆਂ ਰੌਣਕਾਂ ਵਾਪਸ ਲੈ ਆਉਂਦੇ ਹਾਂ। ਦਰਸ਼ਨ ਇੱਕ ਗੱਲ ਕਹਾਂ? ਹਾਂ ਹਾਂ ਬੋਲ ਬੇਬੇ। ਮੇਰਾ ਦਿਲ ਕਰਦਾ ਵੀ ਸਭ ਕੁਛ ਠੀਕ ਹੋ ਗਿਆ ਜੇ ਮੈਂ ਦਰਬਾਰ ਸਾਹਿਬ ਮੱਥਾ ਟੇਕਿਆ ਵਾਂ। ਇਹ ਤਾਂ ਬੇਬੇ ਬਹੁਤ ਖੁਸ਼ੀ ਦੀ ਗੱਲ ਹੈ, ਪਰ ਬੇਬੇ ਕਦੋਂ ਜਾਣਾ ਤੂੰ? ਮੈਂ ਤਾਂ ਭਾਵੇਂ ਆਥਣੇ ਨਿਕਲ ਜਾਂ ਪੁੱਤ, ਜਾਂ ਸਵੇਰੇ ਵਗ ਜਾਊਂਗੀ। ਪਰ ਬੇਬੇ ਮੈਂ ਤਾਂ ਇਹ ਕਹਿੰਦਾ ਸੀ ਆਪਣੇ ਘਰ 'ਚ ਕਿੰਨੇ ਦੁੱਖ ਦਰਦ ਸੀਗੇ, ਪਰਮਾਤਮਾ ਨੇ ਉਹ ਸਾਰੇ ਦੂਰ ਕਰਤੇ। ਬੇ ਪੁੱਤ ਤਾਂ ਹੀ ਤਾਂ ਤੈਨੂੰ ਮੈਂ ਕਹਿੰਦੀ ਹਾਂ ਵੀ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਵਾਂ ਜੇ ਨੇ ਮੇਰੀ ਝੋਲੀ ਖੁਸ਼ੀਆਂ ਨਾਲ ਦੁਬਾਰਾ ਫੇਰ ਭਰ ਦਿੱਤੀ। ਉਹ ਤਾਂ ਤੇਰੀ ਗੱਲ ਜਮ੍ਹਾਂ ਠੀਕ ਹੈ ਬੇਬੇ, ਮੈਂ ਤੈਨੂੰ ਐਂ ਕਹਿੰਦਾ ਸੀਗਾ ਵੀ ਨਾਲੇ ਤਾਂ ਦੇਖੀ ਇਹਨਾਂ ਨੂੰ ਥੋੜ੍ਹੇ ਦਿਨ ਹੱਸ ਖੇਡ ਲੈਣ ਦੇ,
ਨਿੰਮੋ ਹੋਰਾਂ ਨੂੰ, ਨਾਲੇ ਇਹ ਆਪਦੇ ਬਾਪੂ ਨੂੰ ਮਿਲ ਆਉਣਗੇ ਜਾ ਕੇ, ਵੀ ਉਹਦਾ ਵੀ ਮਨ ਠੰਡਾ ਹੋ ਜੂਗਾ ਵਿਚਾਰੇ ਦਾ। ਫਿਰ ਬੇਬੇ ਆਪਾਂ ਸਾਰੇ ਹੀ ਚੱਲਾਂਗੇ, ਕਿਉਂਕਿ ਸੱਚੇ ਪਾਤਸ਼ਾਹ ਨੇ ਆਪਣੀ ਬਹੁਤ ਨੇੜੇ ਹੋ ਕੇ ਸੁਣੀ ਹੈ ਬੇਬੇ, ਮੈਂ ਤਾਂ ਬਹੁਤ ਖੁਸ਼ ਹਾਂ। ਦਰਸ਼ਨ ਤੇਰੀ ਗੱਲ ਤਾਂ ਠੀਕ ਹੈ ਪੁੱਤ, ਜੇ ਆਪਾਂ ਸਾਰੇ ਚੱਲਾਂਗੇ ਰਲ ਮਿਲ ਕੇ, ਹੋਰ ਮੈਨੂੰ ਕੀ ਚਾਹੀਦਾ। ਨਾਲੇ ਤੁਸੀਂ ਮੱਥਾ ਟੇਕ ਕੇ ਆਇਓ, ਨਾਲੇ ਰਾਤ ਜੇ ਰਹਿਣਾ ਵੀ ਪਿਆ ਤਾਂ ਆਪਾਂ ਰਾਤ ਵੀ ਰਹਿ ਆਵਾਂਗੇ ਦਰਬਾਰ ਸਾਹਿਬ। ਨਾ ਬੇਬੇ ਰਾਤ ਕੀ, ਆਪਾਂ ਦੋ ਰਾਤਾਂ ਲਾ ਕੇ ਆਵਾਂਗੇ, ਮੈਂ ਨਾ ਬਸ ਸਾਰੇ ਕੰਮ ਧੰਦੇ ਜੇ ਸਾਂਭਣਾ, ਘੜੀ ਘੰਟਾ ਸੇਵਾ ਕਰ ਆਵਾਂਗੇ, ਇੱਥੇ ਘਰ ਦੇ ਕੰਮ ਤਾਂ ਪੁੱਤ ਮੁੱਕਣੇ ਹੀ ਨਹੀਂ। ਹਾਂ ਇਹ ਤੇਰੀ ਗੱਲ ਸਹੀ। ਚੱਲ ਐਂ ਕਰ ਤੂੰ, ਮਨੀ ਨੂੰ ਕਹੀਂ ਵੀ ਨਿੰਮੋ ਦੇ ਪਿਓ ਨੂੰ ਮਿਲ ਕੇ ਆਵੇ, ਨਾਲ ਨਿੰਮੋ ਨੂੰ ਲੈ ਜਾਵੇ। ਤੂੰ ਵੀ ਕਹਿ ਦੇ, ਮੈਂ ਵੀ ਕਹਿ ਦੂੰਗੀ। ਉਹ ਤਾਂ ਤੇਰੀ ਗੱਲ ਠੀਕ ਹੈ ਬੇਬੇ, ਅਜੇ ਇਹਨਾਂ ਨੂੰ ਦੋ ਚਾਰ ਦਿਨਾਂ ਸਖੇੜ ਲੈਣ ਦੇ। ਹਾਂ ਦੋ ਚੌਂ ਦਿਨਾਂ ਤੇ ਚਲੇ ਜਾਣ ਪੁੱਤ, ਨਾਲੇ ਮਨੀ ਆਪਣੀ ਮਾਂ ਨੂੰ ਮਿਲੇਗਾ ਨਿੰਮੋ ਨੂੰ ਨਾਲ ਲਿਜਾ ਕੇ, ਸਾਰੇ ਕਾਰਜ ਸਿੱਧ ਹੋ ਗਏ ਆਪਣੇ ਸੁੱਖ ਨਾਲ। ਹਾਂ ਉਹ ਤਾਂ ਤੇਰੀ ਗੱਲ ਸਹੀ ਹੈ ਬੇਬੇ, ਬਸ ਉਹ ਸੱਚੇ ਪਾਤਸ਼ਾਹ ਹੁਣ ਸਾਡੇ ਘਰ ਨੂੰ ਕਿਤੇ ਨਜ਼ਰ ਨਾ ਲਾਉਣ। ਹੁਣ ਪੁੱਤ ਦੁੱਖ ਦੀ ਘੜੀ ਲੰਘ ਗਈ, ਹੁਣ ਤਾਂ ਬਸ ਖੁਸ਼ੀਆਂ ਹੀ ਆਉਣੀਆਂ ਆਪਣੇ ਘਰ। ਤੇ ਬੇਬੇ ਐਂ ਕਰੀ, ਤੈਨੂੰ ਪਤਾ ਉਹ ਪਹਿਲਾਂ ਤਾਂ ਕਮਲਾ ਜਾਂ ਨਜਾਇਜ਼ ਖਰਚਿਆਂ ਵਾਸਤੇ ਤਾਂ ਪੈਸੇ ਮੰਗਦਾ ਰਹਿੰਦਾ ਸੀ, ਉਹਨੂੰ ਚਾਰ ਪੈਸੇ ਦੇ ਦੀ, ਤੈਨੂੰ ਪਤਾ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ, ਮਾੜਾ ਮੋਟਾ ਤੁਰ ਫਿਰ ਲੈਣਗੇ ਕਿਤੇ। ਮੈਂ ਆਪੇ ਹੀ ਦੇ ਦੇਣੀਆਂ, ਲੈ ਮੈਨੂੰ ਦੇਖ ਮੱਤਾ ਦੇਣ ਲੱਗਾ ਆ। ਚੱਲ ਠੀਕ ਹੈ, ਚੰਗਾ ਬੇਬੇ ਫਿਰ ਮੈਂ ਚੱਲਦਾ। ਚੰਗਾ ਮੈਂ ਆਪੇ ਪੈਸੇ ਦੇ ਦੇਣੇ ਪੁੱਤ, ਕੋਈ ਨਹੀਂ। ਚੰਗਾ ਲੈ ਦੇਖਤਾ ਸਹੀ, ਮੈਨੂੰ ਜੰਮ ਕੇ ਮੈਨੂੰ ਹੀ ਮੱਤਾ ਦੇਣ ਲੱਗੇ ਹੋਏ ਨੇ। ਕਮਲਾ ਹੀ ਆ ਦਰਸ਼ਨ ਵੀ, ਉਹਨੂੰ ਇਹ ਨਹੀਂ ਪਤਾ ਵੀ ਮੇਰੀ ਮਾਂ ਨੇ 5-7 ਹਜ਼ਾਰ ਰੁਪਈਆ ਮਨੀ ਨੂੰ ਫੜਾ ਰੱਖਿਆ ਪਹਿਲਾਂ ਹੀ, ਵੀ ਭਾਈ ਤੁਹਾਡੇ ਵੀ ਖਰਚੇ ਹੁੰਦੇ ਨੇ। ਚੱਲ ਭਾਈ ਜਵਾਕਾਂ ਦਾ ਵੀ ਫਰਜ਼ ਬਣਦਾ ਆਪਣੇ ਮਾਂ ਪਿਓ ਨੂੰ ਸਮਝਾਉਣ ਦਾ, ਜਿਹੜੀ ਕਹਿਣ ਵਾਲੀ ਗੱਲ ਆ ਦਰਸ਼ਨ ਨੇ ਕਹਿ ਦਿੱਤੀ। ਚੱਲ ਕੋਈ ਨਹੀਂ, ਮਣੀ ਵਾਲਾ ਵੀ ਵਧੀਆ ਹੋ ਗਿਆ ਨਾ ਬਾਈ। ਹੋਰ ਬਾਈ ਵਧੀਆ ਨਿਬੜ ਗਿਆ ਬਾਈ, ਮੈਨੂੰ ਤਾਂ ਬਹੁਤ ਟੈਨਸ਼ਨ ਹੁੰਦੀ ਸੀ ਨਾਲ ਘਰ ਦੀ, ਘਰ ਤੇ ਰਹਿ ਗਈ ਗੱਲ। ਹੋਰ ਬਾਈ ਹੋਰ ਜਵਾਗੜੀ ਕਿੱਥੇ ਧੱਕੇ ਖਾਂਦੀ ਕਰਦੀ ਬਾਈ, ਗੱਲ ਨਾਲੇ ਉਹਦਾ ਮਨ ਲੱਗ ਜੂਗਾ ਹੁਣ। ਹਾਂ ਇਹ ਤਾਂ ਹੈਗਾ ਬਾਈ, ਊਂ ਵੀ ਬਾਈ ਮੈਂ ਤੈਨੂੰ ਇੱਕ ਗੱਲ ਦੱਸਾਂ, ਮੈਨੂੰ ਤਾਂ ਐਂ ਲੱਗਦਾ ਸੀ ਉਹ ਛੋਟੇ ਬਾਈ ਦੇ ਜਾਣ ਤੋਂ ਬਾਅਦ ਵੀ ਮੈਂ ਜਮੇ ਇਕੱਲੇ ਹੀ ਰਹਿ ਗਿਆ, ਵੀ ਜਮੇ ਜ਼ਿੰਦਗੀ ਵਿਰਾਨ ਜਿਹੀ ਹੋ ਗਈ ਸੀ। ਹੁਣ ਜਿੱਦਾਂ ਦਾ ਮਰਜ਼ੀ ਹੈ ਬਾਈ, ਨਵੇਂ ਨਵੇਂ ਤਾਂ ਇਹਨੇ ਮੈਨੂੰ ਬਹੁਤ ਤੰਗ ਕੀਤਾ, ਮੈਨੂੰ ਐਂ ਲੱਗਦਾ ਸੀ ਪਤਾ ਨਹੀਂ ਬੇਬੇ ਨਾ ਆਹ ਗਲਤ ਪੇਪਰ ਲਾ ਗਿਆ, ਪਰ ਬਾਈ ਹੁਣ ਤਾਂ ਨਾ ਸੌਣ ਲੱਗੇ ਮੰਗੀ ਤੋਂ ਵੀ ਜ਼ਿਆਦਾ ਮੂੰਹ ਲੈਣ ਲੱਗ ਗਿਆ, ਬਹੁਤ ਕਦਰ ਕਰਦਾ ਬਾਈ। ਨਾ ਹੁਣ ਤਾਂ ਬਹੁਤ ਫਰਕ ਪੈ ਗਿਆ, ਮੈਨੂੰ ਵੀ ਖੇਤ ਮਿਲਦਾ ਮੁੰਦਾ ਹੀ ਰਹਿੰਦਾ ਹੁਣ ਤਾਂ। ਹੋਰ ਬਾਈ ਸਾਰਾ ਕੰਮ ਕਾਰ ਚੱਕੀ ਫਿਰਦਾ, ਮੈਨੂੰ ਤਾਂ ਖੇਤ ਜਾਣ ਹੀ ਨਹੀਂ ਦਿੰਦਾ ਸੀਗਾ। ਚੱਲ ਫਿਰ ਵੀ ਨਾ ਧਿਆਨ ਰੱਖੀ ਤੂੰ, ਕਈ ਵਾਰੀ ਮਾੜੀਆਂ ਆਦਤਾਂ ਹੁੰਦੀਆਂ ਨਾ ਜਾਂਦੀਆਂ ਨਹੀਂ ਖੇਤੀ ਖੇਤੀ। ਕੱਲ੍ਹ ਨੂੰ ਬਾਈ ਕੋਈ ਕੋਈ ਮੈਨੂੰ ਲੱਗਦਾ ਵੈਸੇ ਚੱਕਰ ਹੋ ਗਿਆ ਨਾ ਬਾਈ ਕੋਈ, ਹੁਣ ਤਾਂ ਜਮਾਂ ਠੀਕ ਠਾਕ ਆ। ਚੱਲ ਵਧੀਆ, ਬਾਕੀ ਜਿਹੜੀ ਗੱਲ ਤੂੰ ਕਹਿੰਦਾ ਬਾਈ ਕੋਈ ਗੱਲ ਨਹੀਂ, ਇਸ 'ਤੇ ਗੌਰ ਰੱਖੂਗਾ। ਹਾਂ ਮੈਂ ਫਿਰ ਵੀ ਨਿਗਾਹ ਰੱਖਣ ਤੋਂ ਫਾਇਦਾ ਨਾ। ਹਾਂ ਉਹ ਤਾਂ ਤੇਰੀ ਗੱਲ ਸਹੀ ਹੈ, ਨਵਾਂ ਨਵਾਂ ਕੰਮ ਹੈ ਜੀ। ਹਾਂ ਇਹ ਤਾਂ ਹੈਗਾ ਬਾਈ, ਹੁਣ ਤਾਂ ਮੈਨੂੰ ਖੇਤ ਖੂਤ ਵੱਲ ਵੀ ਘੱਟ ਹੀ ਆਉਣ ਦੂੰਗਾ ਬਾਈ, ਉਹਨੂੰ ਕਹਿੰਦੇ ਚਾਰ ਦਿਨਾਂ ਸਖੇੜ ਲੈ ਨਾਲੇ ਮਾਤਾ ਦਾ ਵੀ ਹੁਣ ਤਾਂ ਮਨ ਖੁਸ਼ ਰਹੂਗਾ। ਹਾਂ ਬਈ ਉਹ ਤਾਂ ਬਹੁਤ ਖੁਸ਼ ਹੈ ਬਾਈ, ਮੈਨੂੰ ਹੁਣ ਕਹਿੰਦੀ ਸੀ ਵੀ ਚੱਲ ਮੈਂ ਦਰਬਾਰ ਸਾਹਿਬ ਜਾਵਾਂ, ਮੈਂ ਕਿਹਾ ਟੇਕ ਜਾ ਬੇਬੇ ਥੋੜ੍ਹੀ ਦੇਰ ਤੱਕ ਆਪਾਂ ਸਾਰਾ ਟੱਬਰ ਹੀ ਜਾ ਕੇ ਆਵਾਂਗੇ। ਉਹ ਮਹਾਰਾਜ ਨੇ ਬਾਈ ਇੰਨੀ ਨੇੜੇ ਹੋ ਕੇ ਸੁਣੀ ਹੈ, ਨਹੀਂ ਬਾਈ ਮੈਂ ਤਾਂ ਉਮੀਦ ਹੀ ਖੋਤੀ ਸੀ, ਮੈਨੂੰ ਤਾਂ ਐਂ ਲੱਗਦਾ ਸੀ ਪਤਾ ਨਹੀਂ ਕਿਹੜੇ ਪਿਛਲੇ ਜਨਮਾਂ ਦਾ ਗ੍ਰਹਿ ਚੱਕਰ ਹੈ ਜਿਹੜਾ ਸਾਡੇ ਘਰ 'ਤੇ ਬਾਈ ਸਾਰੀਆਂ ਮੁਸੀਬਤਾਂ ਡਿੱਗੀਆਂ, ਇੰਨੇ ਦੁੱਖ ਸੀ ਨਾ ਬਾਈ ਕੁਛ ਹੀ ਨਾ, ਪਰ ਬਾਈ ਉਹ ਮਹਾਰਾਜ ਅੱਗੇ ਅਰਦਾਸਾਂ ਕੀਤੀਆਂ ਦੇਖਣਾ ਉਹਨੇ ਸਾਰੀਆਂ ਸੁਣੀਆਂ ਬਾਈ, ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਸਭ ਦੀ ਇੱਦਾਂ ਹੀ ਸੁਣੀ ਹੈ। ਪਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ ਹੋਈ ਹੁੰਦਾ। ਹਾਂ ਇਹ ਤਾਂ ਹੈ, ਚੰਗੇ ਮਾੜੇ ਦਿਨ ਚੱਲਦੇ ਰਹਿੰਦੇ ਨੇ। ਹਾਂ ਬਾਈ ਘਰ 'ਚ ਬਸ ਨਾ ਪਤਾ ਕੀ ਬਾਈ ਦੁੱਖ ਸੁੱਖਾਂ
ਗਰੀਬੀ ਮੇਰੀ ਨਿਕਲ ਜਾਂਦੀ ਹੈ ਬਾਈ ਬਸ, ਘਰ ਜਿਹੜੇ ਦੁੱਖ ਹੁੰਦੇ ਨਾ ਇੱਦਾਂ ਦੇ ਅੰਦਰੂਨੀ ਉਹ ਮਾਰ ਦਿੰਦੇ ਨੇ ਬਾਈ ਬੰਦੇ ਨੂੰ। ਹੁਣ ਉਹ ਵਿਚਾਰੀ ਜਵਾਕੜੀ ਜੀ ਜਦੋਂ ਝੁਰੀ ਜਾਂਦੀ ਸੀ ਬਾਈ ਅੰਦਰ ਅੰਦਰ ਦੇਖ ਦੇਖ ਕੇ ਬਾਈ ਕਲੇਜਾ ਵੱਡਿਆ ਜਾਂਦਾ ਸੀ ਬੰਦੇ ਨੂੰ, ਉੱਥੇ ਜਮਾਂ ਨਹੀਂ ਦੇਖੀ ਜਾਂਦੀ ਸੀ। ਆਪਦਾ ਵੀ ਮਨ ਖਰਾਬ ਰਹਿੰਦਾ ਫਿਰ ਦੇਖ ਕੇ। ਹੋਰ ਬਾਈ ਉਹ ਬੋਲ ਕੇ ਤਾਂ ਸੁਣਾਉਂਦੇ ਨਹੀਂ ਸੀ ਬਾਈ ਕਿਸੇ ਨੂੰ ਕੁਛ। ਹੋਰ ਬਾਈ ਫਸਲ ਫੁਸਲ ਸਹੀ ਖੜੀ ਹੈ? ਹਾਂ ਫਸਲ ਠੀਕ ਹੈ। ਕਣਕ ਕੋਲ ਕਿੰਨਾ ਟਾਈਮ ਲੈ ਜੂ ਤੇਰੀ? ਬਸ ਕੰਮ ਨੇੜੇ ਹੈ ਬਾਈ, ਹੁਣ ਤਾਂ ਤੇਰੇ ਸਾਹਮਣੇ ਤੈਨੂੰ ਪਤਾ ਲੱਗਿਆ 10 ਕੁ ਦਿਨ ਹੋ ਗਏ, ਹੁਣ ਕਿੰਨੇ ਕੁ ਦਿਨ ਨੇੜੇ। ਮਸ਼ੀਨ ਵਾਲੇ ਹੋਣਾ ਕਹੀਂ ਕਿਸੇ ਨੂੰ, ਉਹ ਆਪਣੀ ਮਾਸੀ ਦੇ ਮੁੰਡੇ ਲਈ ਜਾਣਾ ਕਪੈਨ ਐਟਕੀ। ਅੱਛਾ ਨਵੀਂ ਲੈ ਲਈ ਬਾਈ? ਹਾਂ ਨਵੀਂ ਲੈ ਲਈ, ਆਪਾਂ ਉਹ ਵੀ ਬੁਲਾ ਲਾਂਗੇ ਸਾਰੇ ਇਕੱਠੇ ਬੁਲਾ ਲਾਂਗੇ। ਲੈ ਬਾਈ ਫਿਰ ਆਪਾਂ ਕਿਸੇ ਨੂੰ ਕਾਹਦੇ ਵਾਸਤੇ ਕਹਿਣਾ ਜਦੋਂ ਆਪਣੇ ਆਪਦੇ ਪਰਿਵਾਰ ਦੇ ਜੀ ਨੇ ਲੈ ਲਈ। ਉਹ ਨਾਲੇ ਟਰੈਕਟਰ ਕਰ ਲਈ ਆਪਣੇ ਸੰਗ ਹੀ ਫੋਟੋ ਲਾਂਗੇ। ਕੋਈ ਨਹੀਂ ਬਾਈ, ਨਾਲੇ ਬਾਕੀ ਗੱਲ ਸੁਣਾ, ਆਪਾਂ ਬੈਠਦੇ ਹਾਂ ਬਾਈ ਕਿਸੇ ਦਿਨ ਫਿਰ ਕਰਦੇ ਹਾਂ ਪਾਰਟੀ ਪੂਰਟੀ। ਪਾਰਟੀ ਵੀ ਜ਼ਰੂਰੀ ਹੈ। ਹਾਂ ਹਾਂ ਬਾਈ, ਐਡੀ ਬੜੀ ਖੁਸ਼ੀ ਦਿੱਤੀ ਹੈ ਪਰਮਾਤਮਾ ਨੇ ਯਾਰ। ਹੋਰ ਬਾਈ ਇੰਨੇ ਚਿਰ ਤੋਂ ਨਾ ਜ਼ਿੰਦਗੀ ਦੁੱਖਾਂ ਸੀਗੀ, ਹੁਣ ਹੱਸ ਖੇਡ ਕੇ ਕਿਸੇ ਦਿਨ ਚੱਲ ਆਪਾਂ ਬੈਠਦੇ ਹਾਂ, ਕਰਾਂਗੇ ਤਾਂ ਬਾਈ ਵੈਸ਼ਨੂੰ ਪਾਰਟੀ ਉਹ, ਪਰ ਕਰਾਂਗੇ ਵਧੀਆ। ਠੀਕ ਆ, ਵੈਸ਼ਨੂੰ ਵੈਸ਼ਨੂੰ ਹੀ ਕਰਾਂਗੇ। ਹਾਂ ਹਾਂ ਬਾਈ, ਹੋਰ ਤੈਨੂੰ ਪਤਾ ਆਪਾਂ ਖਾਂਦੇ ਪੀਂਦੇ ਤਾਂ ਹੈ ਨਹੀਂ। ਹਾਂ ਹਾਂ ਬਾਈ, ਚੱਲ ਚੱਲੀਏ ਬਾਈ ਫਿਰ। ਹਾਂ ਚੱਲ ਫਿਰ।